हाँ जी, सत श्री अकाल जी सारिआं नूं। अज आपां गल करांगे, कई बार आपां जदों रोड टैसट देण जांदे आ ना, ते आपणा कई बार ना ट्रेलर ट्रैक्टर ट्रेलर आ जिहड़ा जिवें आ खड़ा टेढ़ा खड़ जांदा। जे आपणा मान लो बैक लाउणे आ, जे आपणी पोजिशन नहीं सही तां आपां नूं कई बार बैक लाउण च प्रॉब्लम आ। जदों आपां देखिए आपणे कोनज ने इधर, ते इह देखो इधर ट्रैक्टर ट्रेलर कोनज नूं टेढ़ा खड़ा इदां, ਤਾਂ ਇਹ ਆਪਾਂ ਮਤਲਬ ਕਿ ਸਿੱਧਾ ਕਿਵੇਂ ਕਰਨਾ ਬਹੁਤ ਈਜ਼ੀ ਆ। ਅਤੇ ਇਹ ਤੁਸੀਂ ਕੁਛ ਨਹੀਂ ਕਰਨਾ, ਪਹਿਲਾਂ ਆਪਾਂ ਤੁਸੀਂ ਇਹ ਦੇਖਣਾ ਕਿ ਆਪਣਾ ਟਰੈਕਟਰ ਟ੍ਰੇਲਰ ਖੜ੍ਹਾ ਕਿੱਧਰ ਨੂੰ ਆ। ਜੇ ਹੁਣ ਆਪਾਂ ਡਰਾਈਵਰ ਦੇ ਜਿੱਦਾਂ ਡਰਾਈਵਰ ਬੈਠਾ ਦੇ ਉਹਦੇ ਹਿਸਾਬ ਨਾਲ ਦੇਖੀਏ, ਤਾਂ ਇਹ ਥੋੜ੍ਹਾ ਜਿਹਾ ਲੈਫਟ ਸਾਈਡ ਨੂੰ ਟੇਢਾ ਤੁਸੀਂ ਦੇਖ ਸਕਦੇ ਹੋ। ਤਾਂ ਜਿੱਧਰ ਨੂੰ ਵੀ ਆਪਣਾ ਟਰੈਕਟਰ ਟ੍ਰੇਲਰ ਆਪਸ 'ਚ ਸਿੱਧੇ ਹੋਣ, ਹੈ ਨਾ, ਆਪਸ 'ਚ ਸਿੱਧੇ ਹੋਣੇ ਚਾਹੀਦੇ ਆ, ਉਹ ਗੱਲ ਕਰ ਰਹੇ ਹਾਂ। ਜਿੱਧਰ ਨੂੰ ਵੀ ਆਪਣਾ ਟਰੈਕਟਰ ਟ੍ਰੇਲਰ ਟੇਢਾ ਹੋਵੇ, ਹੁਣ ਇਹ ਲੈਫਟ ਸਾਈਡ ਨੂੰ ਆ, ਜੇ ਆਪਾਂ ਡਰਾਈਵਰ ਦੇ ਹਿਸਾਬ ਨਾਲ ਦੇਖੀਏ, ਤਾਂ ਆਪਾਂ ਕੀ ਕਰਨਾ, ਉੱਥੇ ਖੜ੍ਹੇ ਨੂੰ ਇਹਨੂੰ ਰਾਈਟ ਕੱਟ ਦੇਣਾ, ਖੜ੍ਹੇ ਨੂੰ ਆਪਾਂ ਇਹਨੂੰ ਰਾਈਟ ਕੱਟ ਦੇਣਾ, ਅਤੇ ਰਾਈਟ ਕੱਟ ਕੇ ਰਾਈਟ ਨੂੰ ਐਸ ਬਣਾਉਣੀ ਹੈ। ਪਹਿਲਾਂ ਥੋੜ੍ਹਾ ਜਿਹਾ ਰਾਈਟ ਨੂੰ ਜਾਣਾ, ਹੈ ਨਾ, ਅਤੇ ਨਾਲ ਨਾਲ ਟ੍ਰੇਲਰ ਵੀ ਵਾਚ ਕਰਨਾ, ਫਿਰ ਆਪਾਂ ਇਹਨੂੰ ਦੁਬਾਰਾ ਲੈਫਟ ਕਰਕੇ ਸਿੱਧਾ ਕਰ ਲੈਣਾ। ਆ ਹੁਣ ਬਾਈ ਜੀ ਕਰਨਗੇ, ਤੁਸੀਂ ਨੋਟ ਕਰਿਓ। ਆ ਦੇਖੋ, ਇਹ ਇਹਨਾਂ ਨੇ ਉੱਧਰ ਕਰਤਾ ਰਾਈਟ, ਹੁਣ ਇਹ ਮੂਵ ਕਰਨਗੇ, ਤੁਸੀਂ ਦੇਖਿਓ ਵੀ ਇਹ ਕਿਵੇਂ ਸਿੱਧਾ ਹੁੰਦਾ। ਆ ਦੇਖੋ, ਜੇ ਆਪਾਂ ਇੱਧਰਲੀ ਸਾਈਡ ਤੋਂ ਦੇਖੀਏ ਤਾਂ ਆਪਾਂ ਨੂੰ ਨਾ ਅੰਦਰੋਂ ਆਪਾਂ ਮਿਰਰ ਦੇਖਣਾ, ਮਿਰਰ 'ਚ ਆਪਾਂ ਕੀ ਦੇਖਣਾ, ਦੇਖੋ ਟ੍ਰੇਲਰ ਹਜੇ ਥੋੜ੍ਹਾ ਜਿਹਾ ਟੇਢਾ। ਜਦੋਂ ਇਹ ਮਤਲਬ ਕਿ ਆਪਾਂ ਕਹਿੰਦੇ ਹਾਂ ਪੂਰਾ ਨਹੀਂ ਇਹਨੂੰ ਟ੍ਰੇਲਰ ਨੂੰ ਸਿੱਧਾ ਕਰਨਾ, ਜੇ ਆਪਾਂ ਪੂਰਾ ਟ੍ਰੇਲਰ ਨੂੰ ਸਿੱਧਾ ਕਰ ਲਿਆ ਉਹਦੇ 'ਚ, ਫਿਰ ਜੇ ਆਪਾਂ ਦੁਬਾਰਾ ਲੈਫਟ ਕਰਕੇ ਸਿੱਧਾ ਕਰਾਂਗੇ ਤਾਂ ਟ੍ਰੇਲਰ ਫਿਰ ਦੂਜੇ ਪਾਸੇ, ਹੁਣ ਇੱਧਰ ਨੂੰ ਟੇਢਾ ਤਾਂ ਦੂਜੇ ਪਾਸੇ ਹੋ ਜਾਊ। ਆਪਾਂ ਦੇਖਦੇ ਹਾਂ ਆਪਾਂ ਮਤਲਬ ਕਿ ਟ੍ਰੇਲਰ ਥੋੜ੍ਹਾ ਜਿਹਾ ਟੇਢਾ ਰੱਖਣਾ, ਤਾਂ ਕਿ ਜਿਹੜਾ ਆਹ ਆਪਣਾ ਐਂਗਲ ਬਣ ਰਿਹਾ, ਅਤੇ ਇਹਨੂੰ ਜਦੋਂ ਆਪਾਂ ਦੁਬਾਰਾ ਸਿੱਧਾ ਕਰਾਂਗੇ ਤਾਂ ਉਹਨੂੰ ਸਿੱਧਾ ਕਰਦੇ ਕਰਦੇ ਦੋਨੇ ਆਪਸ 'ਚ ਸਿੱਧੇ ਹੋ ਜਾਣ। ਆ ਤੁਸੀਂ ਵਾਚ ਕਰਿਓ ਧਿਆਨ ਨਾਲ, ਆ ਦੇਖੋ ਤੁਹਾਨੂੰ ਇਹ ਮਿਰਰ 'ਚੋਂ ਜੋ ਇੱਥੋਂ ਦਿਖ ਰਿਹਾ ਨਾ ਉਹ ਦਿਖੂਗਾ। ਇਹ ਥੋੜ੍ਹਾ ਹੋਰ, ਹੁਣ ਤੁਸੀਂ ਦੇਖੋ, ਹੁਣ ਇਹਨੂੰ ਖੜ੍ਹੇ ਨੂੰ ਕਿੱਧਰ ਕੱਟ ਦੇਣਾ, ਲੈਫਟ। ਹੁਣ ਦੇਖੋ ਲੈਫਟ ਟਰਨ ਕਰਨਗੇ, ਉਹ ਟਾਇਰ ਲੈਫਟ ਕਰਤੇ, ਇਹ ਆ ਹੁਣ ਤੁਸੀਂ ਦੇਖ ਸਕਦੇ ਹੋ। ਅਰੇ ਹੁਣ ਆਪਾਂ ਦੇਖੀਏ ਆਪਣਾ ਕੋਨਾ ਨੂੰ, ਟਰੈਕਟਰ ਟ੍ਰੇਲਰ ਆ ਜਿਹੜਾ ਆਪਣਾ, ਤੁਸੀਂ ਦੇਖ ਸਕਦੇ ਹੋ। ਆ ਦੇਖੋ ਸਿੱਧਾ ਹੋ ਗਿਆ। ਹੁਣ ਮੁਕਦੀ ਗੱਲ, ਜੇ ਇਹਨੂੰ ਆਪਾਂ ਰੈਪ ਅਪ ਕਰੀਏ, ਮੁਕਦੀ ਗੱਲ ਇਹ ਆ ਕਿ ਜਿੱਧਰ ਨੂੰ ਵੀ ਤੁਹਾਡਾ ਟਰੈਕਟਰ ਟ੍ਰੇਲਰ ਆਪਸ 'ਚ ਸਿੱਧੇ ਹੋਣੇ ਚਾਹੀਦੇ ਆ, ਪਹਿਲੀ ਕੰਡੀਸ਼ਨ, ਅਤੇ ਜਿੱਧਰ ਨੂੰ ਵੀ ਇਹ ਮਤਲਬ ਕਿ ਟੇਢੇ ਖੜ੍ਹੇ ਆ, ਜੇ ਲੈਫਟ ਸਾਈਡ ਨੂੰ ਟੇਢੇ ਖੜ੍ਹੇ ਆ ਤਾਂ ਰਾਈਟ ਸਾਈਡ ਨੂੰ ਆਪਾਂ ਐਸ ਬਣਾਉਣੀ ਆ, ਜੇ ਰਾਈਟ ਸਾਈਡ ਨੂੰ ਟੇਢੇ ਖੜ੍ਹੇ ਆ ਤਾਂ ਲੈਫਟ ਟਰਨ ਕਰਕੇ ਆਪਾਂ ਐਸ ਬਣਾਉਣੀ ਆ। ਇਹ ਬਹੁਤ ਈਜ਼ੀ ਆ, ਅਤੇ ਬਾਕੀ ਤੁਸੀਂ ਵਾਰ ਵਾਰ ਜੇ ਦੇਖੋਗੇ ਤੁਹਾਨੂੰ ਪਤਾ ਲੱਗ ਜੂਗਾ। ਅਤੇ ਜੇ ਤੁਹਾਡਾ ਇੱਦਾਂ ਆਹ ਪੁਜੀਸ਼ਨ ਤੁਹਾਡੀ ਹੋਣੀ ਚਾਹੀਦੀ ਹੈ ਜਦੋਂ ਆਪਾਂ ਐਲ ਬੈਕ ਲਾਉਣੀ ਹੈ ਕੋਨਸ ਦੇ, ਜੇ ਆਪਾਂ ਦੇਖੀਏ, ਮੈਂ ਤੁਹਾਨੂੰ ਇੱਧਰੋਂ ਵੀ ਸ਼ੋਅ ਕਰਦਾ। ਆਹ ਪੁਜੀਸ਼ਨ ਹੋਣੀ ਚਾਹੀਦੀ ਹੈ ਕੋਨਸ, ਜੇ ਆਪਾਂ ਦੇਖੀਏ ਇੱਧਰੋਂ ਐਵੇਂ ਹੋਣਾ ਚਾਹੀਦਾ, ਹੈ ਨਾ। ਪਹਿਲਾਂ ਇਹ ਦੂਸਰੀ ਤਰ੍ਹਾਂ ਸੀ, ਇਹ ਮਤਲਬ ਆਮ ਹੀ ਜਦੋਂ ਆਪਾਂ ਖੜ੍ਹਾ ਪਾਰਕ ਕਰਦੇ ਹਾਂ ਨਾ ਡਰਾਈਵ ਟੈਸਟ ਸੈਂਟਰ 'ਚ, ਇਹ ਗਲਤੀ ਹੋ ਜਾਂਦੀ ਹੈ ਆਪਣੇ ਤੋਂ। ਠੀਕ ਹੈ ਜੀ, ਓਕੇ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।